7-6 ਨੂੰ ਜੀ ਹਜੂਰੀ ਰਾਗੀ ਮਹਾਦੀਪ ਸਿੰਘ ਜੋ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਦੇ ਨੇ ਇਹ ਆਪਣੇ ਪਰਿਵਾਰ ਨਾਲ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਇਹ ਜਾ ਰਹੇ ਸੀਗੇ ਆਪਣੇ ਘਰ ਪ੍ਰਤਾਪ ਨਗਰ ਅਤੇ 100 ਫੁੱਟੀ ਰੋਡ 'ਤੇ ਇਹਨਾਂ ਨੂੰ ਕੁਛ ਬੰਦਿਆਂ ਨੇ ਘੇਰ ਕੇ ਇਹਨਾਂ ਦੇ ਮੋਬਾਈਲ ਕੋਲ ਸਮਾਨ ਖੋਲਿਆ ਸੀਗਾ ਜੋ ਅਸੀਂ ਮੁਕੱਦਮਾ ਨੰਬਰ 144 ਅਧੀਨ ਧਾਰਾ 379 B2 ਅਨੁਸਾਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਔਰ ਤਫਤੀਸ਼ ਦੌਰਾਨ ਅਸੀਂ ਜਿਹੜਾ ਵਾ ਇਹ ਮੁਕੱਦਮਾ ਟਰੇਸ ਕੀਤਾ ਮੁਕੱਦਮਾ ਟਰੇਸ ਕਰਨ 'ਤੇ ਅਸੀਂ ਇਹਦੇ ਵਿੱਚ 4 ਦੋਸ਼ੀ ਗ੍ਰਿਫਤਾਰ ਕੀਤੇ ਨੇ ਔਰ 4 ਦੋਸ਼ੀ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਕਲੀਅਰ ਹੋਇਆ ਕਿ ਸਰਬਜੀਤ ਸਿੰਘ ਇਹਨੇ ਸਰਬ ਜਿਹੜਾ ਕਿ ਜਿਹੜਾ ਇਸ ਟੀਮ ਦਾ ਮੁਖੀ ਸੀਗਾ ਉਹ ਰੇਲਵੇ ਸਟੇਸ਼ਨ ਅੰਮ੍ਰਿਤਸਰ 'ਤੇ ਜਿਹੜਾ ਸਰਕਾਰੀ ਨੌਕਰੀ ਕਰਦਾ ਸੀ ਔਰ ਉਹਦੇ ਕੋਲ ਆਪਣਾ ਆਈਡੈਂਟੀ ਕਾਰਡ ਸੀਗਾ ਸਰਕਾਰੀ ਔਰ ਜਿਸੇ ਵੀ ਕਿਸੇ ਨਾਕੇ 'ਤੇ ਉਹਨੂੰ ਰੋਕਿਆ ਜਾਂਦਾ ਸੀ ਉਹ ਆਪਣਾ ਆਈਡੈਂਟੀ ਕਾਰਡ ਵਿਖਾ ਕੇ ਦੱਸ ਦਿੰਦਾ ਸੀ ਕਿ ਮੈਂ ਨਾਈਟ ਡਿਊਟੀ ਚੱਲਿਆ ਔਰ ਅੱਗੇ ਜਾ ਕੇ ਕੋਈ ਨਾ ਕੋਈ ਵਾਰਦਾਤ ਕਰ ਦਿੰਦੇ ਸੀ ਅਤੇ ਉਤੋਂ ਅਗਲੇ ਦਿਨ ਇਹ ਵਾਪਸ ਤਰਨ ਤਾਰਨ ਮੁੜ ਜਾਂਦੇ ਸੀ ਅਤੇ ਹੁਣ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ ਸਾਰੇ ਦੋਸ਼ੀ ਗ੍ਰਿਫਤਾਰ ਕਰਕੇ ਅਸੀਂ ਵਾਰਦਾਤ 'ਚ ਵਰਤਿਆ ਗਿਆ ਐਕਟਿਵਾ ਔਰ ਮੋਟਰਸਾਈਕਲ ਟੋਏ ਪਿਸਟਲ ਅਤੇ ਇੱਕ ਰਾਡ ਬਰਾਮਦ ਕੀਤਾ ਔਰ ਵਾਰਦਾਤ ਦੌਰਾਨ ਖੋਏ ਗਏ 2 ਮੋਬਾਈਲ ਅਤੇ ਹੋਰ ਸਮਾਨ ਇਹਨਾਂ ਤੋਂ ਬਰਾਮਦ ਕੀਤਾ ਬਿਲਕੁਲ ਜੀ ਇਹਨਾਂ ਨੇ ਕੀਤਾ ਔਰ ਕਰ ਰਹੇ ਸੀਗੇ ਜਿਹਦੇ ਕਰਕੇ ਇਹਨਾਂ ਨੂੰ ਬਚ ਕੇ ਨਿਕਲਣ ਦਾ ਮੌਕਾ ਮਿਲਦਾ ਸੀਗਾ ਹੁਣ ਇਹਨਾਂ ਨੂੰ ਅਰੈਸਟ ਕਰ ਲਿਆ ਵਾ ਜੀ ਹੁਣ ਕਾਨੂੰਨ ਇਹਨਾਂ ਨੂੰ ਆਪਣੀ ਸਜ਼ਾ ਫਿਲਹਾਲ ਅਸੀਂ ਇਹਨਾਂ ਦਾ ਰਿਕਾਰਡ ਪੜਤਾਲ ਕਰਕੇ ਕਲੀਅਰ ਕਰਾਂਗੇ ਜੀ ਅੱਜ ਕੋਰਟ 'ਚ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਔਰ ਇਹਦੇ ਤੋਂ ਅਗਾਂਹ ਕਲੀਅਰ ਹੋਏਗਾ ਕਿ ਇਹਨਾਂ ਦੇ ਖਿਲਾਫ਼ ਕਿਹੜੇ ਕਿਹੜੇ ਮੁਕੱਦਮੇ 2 ਦਿਨ ਦਾ ਰਿਮਾਂਡ ਹੋਇਆ